ਤੁਹਾਡੇ ਹਸਬੰਡ ਨੇ ਤੁਹਾਡੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਆ ਜਾਓ ਨੇਹਾ ਵਾਪਸ ਆ ਜਾਓ? ਜਦੋਂ ਮੇਰੇ ਰਿਲੇਟਿਵਸ ਸੇ ਮੈਨੂੰ ਇਹ ਪਤਾ ਲੱਗਿਆ ਸੀਗਾ ਕਿ ਉਹਨਾਂ ਨੇ ਮੈਰਿਜ ਕਰਾ ਲਈ ਹੋਈ ਆ। ਅੱਛਾ, ਕੋਈ ਦਿੱਕਤ ਨਹੀਂ, ਮੈਨੂੰ ਕੋਈ ਟੈਨਸ਼ਨ ਨਹੀਂ। ਤੁਹਾਡਾ ਡਿਵੋਰਸ ਨਹੀਂ ਹੋਇਆ ਉਹਨਾਂ ਨਾਲ? ਨਹੀਂ, ਲੀਗਲੀ ਡਿਵੋਰਸ ਨਹੀਂ ਹੋਇਆ। ਤੇ ਹੋਰ ਵਿਆਹ ਕਿਵੇਂ ਹੋ ਸਕਦਾ ਫਿਰ? ਨਾ ਮੈਨੂੰ ਪਤਾ ਹੈ, ਨਾ ਮੈਂ ਪਤਾ ਕਰਨ ਦੀ ਕੋਸ਼ਿਸ਼ ਕਰਦੀ ਆ, ਨਾ ਮੈਨੂੰ ਨੀਡ ਹੈ। ਕਿਉਂਕਿ ਗੁੜੀਆ ਹੈ, ਹੁਣ ਮੈਂ ਉਹਦੇ ਲਈ ਕਰਨਾ ਹੈ। ਉਹਨੇ ਵੀ ਸੁਪਨਾ ਦੇਖਿਆ, ਮੈਂ ਵੀ ਸੁਪਨਾ ਦੇਖਿਆ ਹੈ। ਬੇਟੀ ਕਿੰਨੇ ਸਾਲ ਦੀ ਹੈ? ਸਰ ਬੇਟੀ ਹੋ ਗਈ, 15 ਇਅਰਸ ਦੀ ਹੋ ਗਈ। ਹੁਣ ਤਾਂ ਚਲੋ ਸਕੂਲ ਦਾ ਵੀ ਹੈ, ਉਹਦੀ ਡਾਇਟ ਦਾ ਵੀ ਹੈ, ਘਰ ਵੀ ਇੱਥੇ ਜਲੰਧਰ ਵੀ ਨਵੇਂ ਨਵੇਂ ਆਏ ਹੈ, ਇੱਧਰ ਜ਼ਿਆਦਾ ਪਤਾ ਨਹੀਂ ਹੈ ਜਲੰਧਰ ਦਾ, ਤਾਂ ਕਰਕੇ ਪਰੇਸ਼ਾਨ ਵੀ ਹੋਏ ਹੈ। ਅਤੇ ਨਾਲ ਮੈਂ ਆਪਣੀ ਸਟੱਡੀ ਸ਼ੁਰੂ ਕਰ ਲਈ ਅਤੇ ਹੋਰ ਜ਼ਿਆਦਾ ਪਰੇਸ਼ਾਨ ਹੋਏ। ਤੁਹਾਡਾ ਤਾਂ ਵੈਸੇ ਸੁਪਨਾ ਸੀ LLB ਵਾਲਾ, ਉਹ ਵਿੱਚੇ ਹੁਣ ਅਧੂਰਾ ਹੈ, ਉਹਨੂੰ ਪੂਰਾ ਕਰਨਾ ਹੈ ਕਿ ਨਹੀਂ? ਸਟੱਡੀ ਨਹੀਂ ਕਰਨੀ, ਹੁਣ ਫਾਈਟ ਕਰਨੀ ਹੈ ਕੁੜੀਆਂ ਨਾਲ, ਜਿੱਦਾਂ ਰੇਪ ਰੂਪ ਹੁੰਦੇ ਹੈ ਉਹਦੇ ਅਗੇਂਸਟ ਮੈਂ ਫਾਈਟ ਕਰਨੀ ਸੀ। ਕੋਈ ਕਹਿੰਦਾ ਕਿ ਅਸੀਂ ਤੁਹਾਨੂੰ ਪਸੰਦ ਕਰਨ ਲੱਗੇ ਹਾਂ ਜੀ। ਅੱਛਾ, ਹਾਂਜੀ, ਬਾਹਰੋਂ ਫੋਨ ਆਉਂਦੇ, ਅਸੀਂ ਤੁਹਾਨੂੰ ਮਤਲਬ ਤੁਹਾਨੂੰ ਇੱਥੇ ਕੁਲਾ ਲੈਂਦੇ ਹਾਂ ਜੀ, ਸਾਡੇ ਨਾਲ ਮੈਰਿਜ ਦੇ ਸਰਟੀਫਿਕੇਟ ਬਣਾ ਲਓ। ਤੀਵੀਂ ਹੈ, ਇਕੱਲੀ ਰਹਿੰਦੀ ਹੈ, ਪਤੀ ਤੋਂ ਵੱਖਰੀ ਹੈ, ਉਸ ਸੋਚ ਵਾਲੇ ਬੰਦੇ ਵੀ ਇਹਨਾਂ ਨੂੰ ਫੋਨ ਕਰਦੇ ਆ। ਔਖਾ ਲੱਗਿਆ ਸ਼ੁਰੂ 'ਚ? ਲੱਗਿਆ ਹੁਣ ਔਖਾ ਕਾਫੀ? ਨਹੀਂ, ਔਖਾ ਨਹੀਂ ਸੀਗਾ, ਬਸ ਥੋੜ੍ਹੀ ਜਿਹੀ ਹੈਜੀਟੇਸ਼ਨ ਸੀਗੀ, ਕਿਉਂਕਿ ਕਦੋਂ ਕਦੇ ਇੱਦਾਂ ਦਾ ਕੰਮ ਕੀਤਾ ਨਹੀਂ ਸੀ, ਇੱਕਦਮ ਫਾਈਨਲੀ ਫਰੰਟ ਤੇ ਰੋਡ ਤੇ ਆ ਗਏ। ਹੈਲਪ ਕਰਨ ਵਾਲੇ ਫੋਨ ਘੱਟ ਆਉਂਦੇ ਹੋਣੇ ਆ, ਐਵੇਂ ਤੰਗ ਕਰਨ ਵਾਲੇ ਜ਼ਿਆਦਾ ਆਉਂਦੇ ਨੇ ਨਾ? ਹੈਲਪ ਕਰਨ ਵਾਲੇ ਤਾਂ ਮਤਲਬ ਹੈ ਹੀ ਨਹੀਂ, ਇੱਦਾਂ ਕਹਿ ਲਓ ਹੈ ਹੀ ਨਹੀਂ ਜੀ। ਪਰੇਸ਼ਾਨ ਕਰਨ ਵਾਲੇ ਬਹੁਤ ਸਾਰੇ ਜਣੇ ਆ। ਮੇਰਾ ਹਸਬੰਡ ਮੇਰੇ ਨਾਲ ਹੁੰਦਾ ਤਾਂ ਅੱਜ ਆਹ ਦਿਨ ਸ਼ਾਇਦ ਨਾ ਹੁੰਦਾ। ਆਪਣੀ ਸੋਸਾਇਟੀ 'ਚ ਲੇਡੀਜ਼ ਨੂੰ, ਤੁਸੀਂ ਬੱਚਿਆਂ ਨੂੰ, ਔਰਤਾਂ ਨੂੰ ਇਹਦੇ ਲੁਕੋ ਕੇ ਤਾਂ ਨਹੀਂ ਰੱਖ ਸਕਦੇ ਨਾ ਆਪਣੇ ਘਰ 'ਚ। ਸੋਸਾਇਟੀ ਨੂੰ ਮੈਂਟੈਲਿਟੀ ਠੀਕ ਕਰਨ ਦੀ ਨੀਡ ਹੈ। ਜ਼ਰੂਰੀ ਨਹੀਂ ਕਿ ਹੁਣ ਮੈਂ ਕੰਮ ਕਰਨ ਆਈ ਹਾਂ ਅਤੇ ਇਹ ਕੰਮ ਕੋਈ ਛੋਟਾ ਵੱਡਾ ਜਾਂ ਮਾੜਾ ਥੋੜ੍ਹੀ ਹੈ, ਹਾਰਡ ਵਰਕ ਹੀ ਹੈ। ਅਤੇ ਵੈਸੇ ਫਰੋਡ ਵਾਲੀ ਗੱਲ ਮੈਂ ਬੜਾ ਹੈਰਾਨ ਹੋਇਆ, ਫਰੋਡ ਕੀ ਕਰਦੇ ਸੀ ਫੋਨ ਜਿਹੜਾ ਫਰੋਡ ਵਾਲਾ ਆਇਆ? ਮਤਲਬ ਨੰਬਰ ਜਿੱਦਾਂ ਡਿਸਟ੍ਰੀਬਿਊਟ ਹੋਇਆ ਨਾ ਵੀਡੀਓਜ਼ ਕਰਕੇ, ਉਹਦਾ ਮਤਲਬ ਮਿਸਯੂਜ਼ ਬਹੁਤ ਜ਼ਿਆਦਾ ਕਰ ਰਹੇ ਲੋਕ, ਇੱਦਾਂ ਪਰੇਸ਼ਾਨ ਕਰਕੇ। ਇਹਦਾ ਹੈਲਪ ਚਲੋ ਮੈਂ ਮੰਗੀ ਨਹੀਂ ਉੱਦਾਂ ਕਿਸੇ ਕੋਲੋਂ, ਕਿ ਮੈਂ ਇਹ ਨਹੀਂ ਕਿਹਾ ਕਿ ਮੇਰੀ ਹੈਲਪ ਕਰ ਦਿਉ, ਜੇ ਮੈਂ ਆਹੀ ਕੁਛ ਕਰਨਾ ਹੁੰਦਾ ਤਾਂ ਮੈਂ ਕੰਮ ਥੋੜ੍ਹੀ ਕਰਨਾ ਸੀ ਫਿਰ। ਦੇਸ਼ ਪ੍ਰਦੇਸ਼ TV ਦੇਖ ਰਹੇ ਹੋ, ਮੈਂ ਹਾਂ ਅਮਰੀਕ ਟੁਰਨਾ। ਅਸੀਂ ਨੇਹਾ ਹੋਣਾ ਦੇ ਕੋਲ ਪਹੁੰਚੇ ਹਾਂ, ਇਹਨਾਂ ਦਾ ਪਰੌਂਠਿਆਂ ਦਾ ਸਟਾਲ ਹੈ। ਕਾਫੀ ਦਿਨਾਂ ਤੋਂ ਮੀਡੀਆ ਦੇ ਵਿੱਚ ਵੀ ਚਰਚਾ 'ਚ ਨੇ, ਮਨੀਸ਼ਾ ਗੁਲਾਟੀ ਹੋਣੀ ਵੀ ਇਹਨਾਂ ਦੇ ਕੋਲ ਆਏ ਸੀਗੇ, ਪਰ ਸਾਡਾ ਪਹੁੰਚਣ ਦਾ ਕਾਰਨ ਹੋਰ ਆ, ਇਹਨਾਂ ਦੇ ਕੋਲੋਂ ਲੰਘਦੇ ਰਹੀਦਾ ਹੈ। ਅਤੇ ਇਹਨਾਂ ਨੂੰ ਇੱਕ ਦਿੱਕਤ ਹੁਣ ਇਹ ਆ ਰਹੀ ਹੈ ਕਿ ਇਹਨਾਂ ਦਾ ਨੰਬਰ ਬਹੁਤ ਸਾਰੇ ਲੋਕਾਂ ਤੱਕ ਪਹੁੰਚ ਚੁੱਕਿਆ ਹੈ, ਅਤੇ ਵੱਡੀ ਪ੍ਰੋਬਲਮ ਕਈ ਫਰੋਡ ਕਰਨ ਵਾਲੇ ਵੀ ਫੋਨ ਕਰਦੇ ਨੇ, ਅਤੇ ਕੁਛ ਜਿਹੜੇ ਇੱਦਾਂ ਦੀ ਸੋਚ ਵਾਲੇ ਬੰਦੇ ਆ ਕਿ ਤੀਵੀਂ ਹੈ, ਇਕੱਲੀ ਰਹਿੰਦੀ ਹੈ, ਪਤੀ ਤੋਂ ਵੱਖਰੀ ਹੈ, ਅਤੇ ਅੱਗੇ ਤੁਸੀਂ ਸਮਝ ਹੀ ਗਏ ਹੋਵੋਗੇ, ਉਸ ਸੋਚ ਵਾਲੇ ਬੰਦੇ ਵੀ ਇਹਨਾਂ ਨੂੰ ਫੋਨ ਕਰਦੇ ਆ। ਤਾਂ ਨੇਹਾ ਜੀ ਦਿੱਕਤ ਹੋ ਗਈ ਹੈ ਨਾ ਫਿਰ ਪੂਰੀ? ਹਾਂਜੀ ਸਰ, ਪਰੇਸ਼ਾਨ ਕਰ ਲਈ, ਪਰੇਸ਼ਾਨੀ ਹੋਣ ਲੱਗ ਪਈ ਹੈ ਕੀ ਫੋਨ ਕਰਕੇ? ਵੈਸੇ ਫਰੋਡ ਵਾਲੀ ਗੱਲ ਮੈਂ ਬੜਾ ਹੈਰਾਨ ਹੋਇਆ, ਫਰੋਡ ਕੀ ਕਰਦੇ ਸੀ ਫੋਨ ਜਿਹੜਾ ਫਰੋਡ ਵਾਲਾ ਆਇਆ? ਮੀਨਸ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀਗਾ ਕਿ ਅਸੀਂ ਤੁਹਾਨੂੰ ਇੱਕ ਹਿਊਜ਼ ਔਰਡਰ ਦੇਵਾਂਗੇ। ਅੱਛਾ, ਹੈ ਨਾ, ਤੁਸੀਂ ਸਾਡੇ ਲਈ ਪਰੌਂਠੇ ਬਣਾਇਆ ਕਰੋ, ਅਸੀਂ ਮਤਲਬ ਮਿਲਟਰੀ ਤੋਂ ਬੋਲਦੇ ਹਾਂ, ਇੱਥੇ ਏਕਤਾ ਮਾਰਕੀਟ ਰਹਿੰਦੇ ਹਾਂ, ਸਾਡੇ ਲਈ ਪਰੌਂਠੇ, ਜੂਸ ਅਤੇ ਮੈਗੀ ਤੁਸੀਂ ਰੋਜ਼ ਪ੍ਰੋਵਾਈਡ ਕਰਵਾਉਣੀ ਹੈ। ਮੈਂ ਕਿਹਾ ਚਲੋ ਚੰਗੀ ਗੱਲ ਹੈ, ਵਧੀਆ ਹੈ, ਕੰਮ ਵਧੂਗਾ, ਠੀਕ ਹੈ। ਅਤੇ ਕਹਿੰਦੇ ਕਿ ਇੱਦਾਂ ਹੀ ਪੁੱਛਦੇ ਪੁੱਛਦੇ, ਚਲੋ ਅਸੀਂ ਨਾ ਇੱਕ ਫਾਈਲ ਤਿਆਰ ਕਰਨੀ ਹੈ ਤੁਹਾਡੀ, ਤੁਸੀਂ ਆਪਣਾ ਆਧਾਰ ਕਾਰਡ, ਪੈਨ ਕਾਰਡ ਤੇ ਚੈੱਕ ਵਗੈਰਾ ਸੈਂਡ ਕਰ ਦੋ। ਮੈਂ ਕਰਤਾ ਥੋੜਾ ਥੋੜਾ ਜਿਹਾ ਮਤਲਬ ਡਾਊਟ ਜਿਹਾ ਹੋਇਆ, ਫਿਰ ਵੀ ਮੈਂ ਚਲੋ ਤੁਸੀਂ ਸਾਰੇ ਡਾਕੂਮੈਂਟ ਭੇਜਦੇ ਉਹਨਾਂ ਨੂੰ ਭੇਜਦੇ? ਹਾਂਜੀ, ਫਿਰ ਬਾਅਦ ਚੋਂ ਕਹਿੰਦੇ ਅਸੀਂ ਤੁਹਾਨੂੰ ਮਤਲਬ ਕਾਫੀ ਦੇਰ ਬਾਅਦ, ਮੈਨੂੰ ਕਿ ਗੱਲਾਂ ਬਾਤਾਂ ਜੋ ਕਿਤੇ ਨਹੀਂ ਲੱਗਿਆ ਕਿ ਇਹ ਮਤਲਬ ਫਰੋਡ ਕਰਨ ਲੱਗੇ ਆ, ਬਾਅਦ ਚੋਂ ਕਹਿੰਦੇ ਕਿ ਫੋਨ ਨਾ ਕੱਟਿਓ, ਤੁਹਾਡੀ ਕਾਲ ਰਿਕਾਰਡਿੰਗ ਹੈ, ਸਾਡੇ ਆਫਿਸ ਤੇ ਰਿਕਾਰਡਿੰਗ ਹੁੰਦੀ ਹੈ। ਮੈਂ ਕਿਹਾ ਠੀਕ ਹੈ, ਫਿਰ ਕਹਿੰਦੇ ਕਿ ਤੁਸੀਂ ਗੂਗਲ ਪੇ ਤੇ ਆ ਗਏ? ਹਾਂਜੀ, ਪੇ ਕਰਨਾ, ਅਸੀਂ ਤੁਹਾਨੂੰ ਐਡਵਾਂਸ ਪੇ ਕਰ ਦਿੰਦੇ ਹਾਂ ਥੋੜ੍ਹਾ ਜਿਹਾ, ਤੁਸੀਂ ਆਪਣਾ
ਅਕਾਊਂਟ ਨੰਬਰ ਤੁਹਾਡਾ ਇਹੀ ਚੱਲਦਾ ਗੂਗਲ ਪੇ? ਮੈਂ ਕਿਹਾ ਹਾਂਜੀ ਜੀ। ਤੇ ਕਹਿੰਦੇ ਕਿ ਚਲੋ ਤੁਸੀਂ ਚੈੱਕ ਕਰੋ, ਤੁਹਾਨੂੰ 1 ਰੁਪਿਆ ਆਇਆ, ਅਸੀਂ 1 ਰੁਪਿਆ ਭੇਜਣ ਲੱਗੇ ਹਾਂ। ਤੇ ਮੈਂ ਗੂਗਲ ਪੇ ਓਪਨ ਕੀਤਾ ਤੇ ਉੱਤੇ ਮਤਲਬ ਉਹ ਸੀਗਾ ਪੇ ਦੀ ਰਿਕੁਐਸਟ ਸੀਗੀ, ਤੁਸੀਂ ਪੈਸੇ ਭੇਜਣਾ ਉਧਰ। ਤੇ ਮੈਂ ਉਹਨਾਂ ਨੂੰ ਕਿਹਾ, ਫੋਨ ਤੇ ਹੀ ਸੀਗੇ ਉਹ ਲਾਈਨ ਤੇ ਹੀ, ਮੈਂ ਕਿਹਾ ਭਾਜੀ ਰਿਸੀਵ ਇੱਦਾਂ ਨਹੀਂ ਹੁੰਦੇ, ਆ ਤਾਂ ਤੁਸੀਂ ਪੇ ਦੀ ਆਪਸ਼ਨ ਆਉਂਦੀ ਹੈ। ਕਹਿੰਦੇ ਨਹੀਂ ਤੁਸੀਂ ਪੇ ਤੇ ਕਲਿੱਕ ਕਰੋ ਤੁਹਾਨੂੰ ਪੇਮੈਂਟ ਹੋ ਜਾਣੀ ਹੈ, ਪੇ ਤੇ ਕਲਿੱਕ ਕਰੋ ਜੀ। ਤੇ ਮੈਂ ਕਿਹਾ ਨਹੀਂ ਭਾਜੀ, ਇੱਦਾਂ ਰਿਸੀਵ ਚਲੋ ਕਈ ਜਣੇ ਕਰਕੇ ਜਾਂਦੇ, ਬਟ ਇੱਦਾਂ ਰਿਸੀਵ ਨਹੀਂ ਹੁੰਦੇ, ਇਹ ਤਾਂ ਪੇ ਆਉਂਦੀ ਪਈ ਹੈ। ਪਰ ਤੁਹਾਨੂੰ ਪਤਾ ਲੱਗ ਗਿਆ ਸੀ ਨਾ ਫਿਰ? ਹਾਂ, ਮੈਂ ਫੋਨ ਕੱਟ ਕਰਤਾ। ਫਿਰ ਦੁਬਾਰਾ ਕਾਲ ਕਰਕੇ ਕਹਿੰਦੇ ਕਿ ਤੁਸੀਂ ਮਤਲਬ ਆਰਮੀ ਵਾਲਿਆਂ ਦਾ ਮਜ਼ਾਕ ਕਰਦੇ ਹੋ, ਅਸੀਂ ਤੁਹਾਡੀ FIR ਕਰਾਂਗੇ। ਮੈਂ ਕਿਹਾ ਭਾਜੀ ਕਰ ਦਿਓ FIR, ਕੋਈ ਗੱਲ ਨਹੀਂ। ਤੋ ਇਸ ਤਰ੍ਹਾਂ ਹੋ ਰਿਹਾ ਕਿ ਲੋਕਾਂ ਨੂੰ ਪਤਾ ਕਿ ਪੈਸੇ ਕਮਾ ਰਹੇ ਨੇ, ਤੇ ਇਹਨਾਂ ਦੇ ਕੋਲੋਂ ਗੂਗਲ ਪੇ ਦੇ ਉੱਤੇ ਜਿਸ ਤਰ੍ਹਾਂ ਰਿਕੁਐਸਟ ਦੀ ਆਪਸ਼ਨ ਹੁੰਦੀ ਹੈ, ਉਸ ਢੰਗ ਦੇ ਨਾਲ ਰਿਕੁਐਸਟ ਆਈ ਕਿ ਪੈਸੇ ਭੇਜ ਹੀ ਦੇਣੇ ਆ, ਇਹਨਾਂ ਨੂੰ ਕੀ ਪਤਾ ਭੋਲੇ ਨੇ। ਪਰ ਤੁਸੀਂ ਵਧੀਆ ਹੋਇਆ ਵੀ ਤੁਹਾਨੂੰ ਪਤਾ ਲੱਗ ਗਿਆ ਤਾਂ ਤੁਸੀਂ ਨਹੀਂ ਭੇਜੇ, ਹੈ ਨਾ? ਠੀਕ ਹੈ। ਕਿੰਨਾ ਚਿਰ ਹੋ ਗਿਆ ਵੈਸੇ ਤੁਹਾਨੂੰ ਇੱਥੇ ਹੁਣ ਕੰਮ ਕਰਦਿਆਂ ਨੂੰ? ਇਹ ਰੇਡੀ ਲਾਈਨ ਨੂੰ 6-7 ਮਹੀਨੇ ਹੋ ਗਏ। ਹਾਂਜੀ, ਮਿੱਠਾ ਤੇਜ਼। ਹਾਂਜੀ, 6-7 ਮਹੀਨੇ ਹੋ ਗਏ ਭਾਜੀ। 6-7 ਮਹੀਨੇ ਹੋ ਗਏ, ਠੀਕ ਹੈ। ਕੰਮ ਠੀਕ ਚੱਲ ਰਿਹਾ? ਹਾਂਜੀ ਠੀਕ ਹੈ, ਨਾਲੇ ਤੋਂ ਮੀਂਹ 3-4 ਦਿਨ ਤੋਂ ਮੀਂਹ ਨਹੀਂ ਹਟਿਆ। ਤੇ ਚਲੋ ਠੀਕ ਹੈ, ਚਾਹ ਚੂ ਲੱਗ ਜਾਂਦੀ ਹੈ, ਰੋਟੀ ਪੂਰੀ। ਜੀ 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 ਜੀ। ਤੇ ਹੋਰ ਵੀ ਫਿਰ ਬੰਦੇ ਫੋਨ ਕਰਦੇ ਨੇ ਐਵੇਂ ਦੇ? ਬਹੁਤ ਸਾਰੇ। ਹੁਣ ਸਵੇਰੇ ਇੱਕ ਮੈਸੇਜ ਆਇਆ, ਦੀਦੀ ਅਸੀਂ ਤੁਹਾਨੂੰ ਜਾਣਦੇ ਹਾਂ, ਤੁਸੀਂ ਮੈਨੂੰ ਪੈਸੇ ਦੇ ਦਿਓ, ਮੈਂ ਤੁਹਾਨੂੰ ਮੋੜਦਾ। ਮੈਂ ਕਿਹਾ ਮੈਂ ਜਾਣਦੀ ਨਹੀਂ ਤੁਹਾਨੂੰ, ਕਿੱਦਾਂ ਮੈਂ ਕੀ ਮਤਲਬ ਨੰਬਰ ਜਿੱਦਾਂ ਡਿਸਟ੍ਰੀਬਿਊਟ ਹੋਇਆ ਨਾ ਵੀਡੀਓਜ਼ ਕਰਕੇ, ਉਹਦਾ ਮਤਲਬ ਮਿਸਯੂਜ਼ ਬਹੁਤ ਜ਼ਿਆਦਾ ਕਰ ਰਹੇ ਲੋਕ, ਇੱਦਾਂ ਪਰੇਸ਼ਾਨ ਕਰਦੇ ਆ। ਕੋਈ ਕਹਿੰਦਾ ਕਿ ਅਸੀਂ ਤੁਹਾਨੂੰ ਪਸੰਦ ਕਰਨ ਲੱਗੇ ਹਾਂ ਜੀ। ਅੱਛਾ। ਹਾਂਜੀ, ਬਾਹਰੋਂ ਫੋਨ ਆਉਂਦੇ, ਅਸੀਂ ਤੁਹਾਨੂੰ ਮਤਲਬ ਤੁਹਾਨੂੰ ਇੱਥੇ ਕੁਲਾ ਲੈਂਦੇ ਹਾਂ ਜੀ, ਤੁਸੀਂ ਇੱਧਰ ਆ ਜਾਓ, ਅਸੀਂ ਤੁਹਾਡੇ ਕਾਗਜ਼ ਪੱਤਰ ਭੇਜ ਦਿੰਦੇ ਹਾਂ, ਕੁੜੀ ਨੂੰ ਉੱਥੇ ਹੀ ਛੱਡ ਆਓ। ਅੱਛਾ। ਤੇ ਮਤਲਬ ਮੈਂ ਕਿਹਾ ਭਾਜੀ ਮੇਰੀ ਕੁੜੀ ਵੀ ਹੈ, ਮੈਂ ਉਹਨੂੰ ਛੱਡ ਕੇ ਮਤਲਬ ਕਿੱਦਾਂ ਚੱਲ ਜਾਊਂਗੀ? ਕਹਿੰਦੇ ਨਹੀਂ, ਉਹਨੂੰ ਹੋਸਟਲ 'ਚ ਪਾ ਦਿਓ, ਅਸੀਂ ਸਾਰਾ ਖਰਚਾ ਦੇ ਦਾਂਗੇ, ਤੁਸੀਂ ਇੱਧਰ ਆ ਜਾਓ, ਸਾਡੇ ਨਾਲ ਮੈਰਿਜ ਦੇ ਸਰਟੀਫਿਕੇਟ ਬਣਾ ਲਓ, ਇੱਦਾਂ ਨਹੀਂ ਆ ਹੋਣਾ ਨਾ, ਤੇ ਮੈਰਿਜ ਦੇ ਸਰਟੀਫਿਕੇਟ ਬਣਾ ਲਓ, ਤੁਸੀਂ ਇੱਧਰ ਆ ਜਾਓ। ਤੇ ਬੜਾ ਕੁਛ ਮਤਲਬ ਮੈਂ ਦੱਸ ਨਹੀਂ ਸਕਦੀ ਤੁਹਾਨੂੰ। ਹਾਂਜੀ, ਜ਼ਿਆਦਾ ਕੱਪ ਦੇ ਦਿਓ ਉਹਨਾਂ ਨੂੰ, ਮਤਲਬ ਬਹੁਤ ਪਰੇਸ਼ਾਨ, ਬਹੁਤ ਜ਼ਿਆਦਾ ਕਰ ਰਹੇ ਹੈ। ਇਹਦਾ ਹੈਲਪ ਚਲੋ ਮੈਂ ਮੰਗੀ ਨਹੀਂ ਹੁੰਦਾ ਕਿਸੇ ਕੋਲੋਂ, ਕਿ ਮੈਂ ਇਹ ਨਹੀਂ ਕਿਹਾ ਕਿ ਮੇਰੀ ਹੈਲਪ ਕਰ ਦਿਓ, ਬਟ ਪਰ ਚੈਨ ਨਾਲ ਰਹਿਣ ਦਿਓ। ਹਾਂਜੀ ਪਲੀਜ਼, ਹਾਂਜੀ ਬਖਸ਼ ਦਿਓ, ਮਤਲਬ ਇੰਦਾ ਪਰੇਸ਼ਾਨ ਨਾ ਕਰੋ। ਜੇ ਮੈਂ ਆਹੀ ਕੁਝ ਕਰਨਾ ਹੁੰਦਾ ਤਾਂ ਮੈਂ ਕੰਮ ਥੋੜੀ ਕਰਨਾ ਸੀ ਫਿਰ। ਲੋਕਾਂ ਦੀ ਮਤਲਬ ਮੈਂਟੈਲਿਟੀ ਦੇਖੋ ਕਿੱਧਰ ਕਿੱਥੇ ਪਹੁੰਚੀ ਹੋਈ ਹੈ ਨਾ, ਉਹਨਾਂ ਨੇ ਇਹ ਲੱਗਦਾ ਕਿ ਪਤਾ ਨਹੀਂ ਕਿਉਂ ਇਹਨਾਂ ਨੇ ਕੰਮ ਖੋਲਿਆ ਹੋਇਆ ਹੈ। ਉਹੀ ਗੱਲ ਆ ਵੀ ਆਪਦੇ ਘਰ ਵਾਲੇ ਤੋਂ ਵੱਖਰੀ ਹੈ, ਰੋਟੀ ਖਾਣੀ ਇਹਨਾਂ ਨੇ। ਅੱਛਾ, ਫਿਰ ਆਹ ਹਸਪਤਾਲ ਜਿਹੜੇ ਨਾਲ ਨੇ ਇੱਥੋਂ ਆ ਜਾਂਦੇ ਹੁਣ ਇਹਨੇ ਨਾ, ਜਾਂ ਮਰੀਜ਼ ਹੋ ਗਏ ਜਾਂ ਇੱਥੋਂ ਦੇ ਜਿਹੜੇ ਕੰਮ ਕਰਨ ਵਾਲੇ ਬੰਦੇ ਨੇ? ਹਸਪੀਟਲ ਕਰਕੇ ਹੀ ਹੁੰਦਾ ਹੈ, ਮਤਲਬ ਜਿੱਦਾਂ ਜਿੱਦਾਂ ਇਹ ਗੱਡੀਆਂ ਲੱਗੀ ਹੈ ਜੀ, ਇਹਨਾਂ ਨੂੰ ਚਾਹ ਦੀ ਰੋਟੀ ਦੀ ਨੀਡ ਹੁੰਦੀ ਹੈ, ਬਸ ਉਹ ਹੀ ਆ ਜਾਂਦੇ। ਠੀਕ ਹੈ। ਬੇਟੀ ਕਿੰਨੇ ਸਾਲ ਦੀ ਹੈ? ਅਸਰ ਬੇਟੀ ਹੋ ਗਈ 15 ਇਅਰਸ ਦੀ ਹੋ ਗਈ। ਅੱਛਾ, 15 ਸਾਲਾਂ ਦੀ ਹੋ ਗਈ। ਪੜ੍ਹਦੇ ਨੇ ਉਹ? ਹਾਂਜੀ। ਕਿਹੜੀ ਕਲਾਸ 'ਚ? 9th ਕਲਾਸ 'ਚ ਪੜ੍ਹਦੀ ਹੈ, ਤੇ ਉਹਨੇ ਸਪੋਰਟਸ ਰੱਖਿਆ ਹੈ। ਅੱਛਾ। ਹਰਡਲਸ ਦੀ 100 ਮੀਟਰ ਹਰਡਲ ਔਰ 100 ਮੀਟਰ ਰਨਿੰਗ। ਠੀਕ ਹੈ, ਠੀਕ ਹੈ। ਤੁਹਾਡਾ ਤਾਂ ਵੈਸੇ ਸੁਪਨਾ ਸੀ LLB ਵਾਲਾ, ਉਹ ਵਿੱਚੇ ਹੁਣ ਅਧੂਰਾ ਹੈ, ਉਹਨੂੰ ਪੂਰਾ ਕਰਨਾ ਹੈ ਕਿ ਨਹੀਂ? ਵਿੱਚੇ ਛੱਡ ਦਿੱਤੀ ਸੀ ਤੁਸੀਂ? ਨਹੀਂ ਸਰ, LLB ਵੀ ਕਰਨੀ ਸੀ ਕਿ ਕੁੜੀਆਂ ਨਾਲ ਜਿੱਦਾਂ ਰੇਪ ਰੂਪ ਹੁੰਦੇ ਆ ਜੀ, ਉਹਦੇ ਅਗੇਂਸਟ ਨੂੰ ਫਾਈਟ ਕਰਨੀ ਸੀ, ਬਟ LLB ਦੇ ਵਿੱਚ ਤਾਂ ਇਹ ਚੀਜ਼ ਤਾਂ ਹੈ ਨਹੀਂ, ਮਤਲਬ ਪੜ੍ਹ ਕੇ ਤੁਸੀਂ ਜਾਂ ਜੱਜ ਬਣੋਗੇ ਜਾਂ ਵਕੀਲ ਬਣੋਗੇ। ਹਾਂ, ਬਟ ਜਿਹੜਾ ਤੁਸੀਂ ਇਹ ਸੋਚਿਆ ਹੈ ਕਿ ਰੇਪ ਦੇ ਅਗੇਂਸਟ ਫਾਈਟ ਕਰੋਗੇ, ਇਹ ਚੀਜ਼ ਨਹੀਂ ਹੈਗੀ ਉੱਥੇ, ਹੈ ਨਾ? ਤੇ ਸਟੱਡੀ ਕਰਨ ਦੇ, ਹਾਂਜੀ ਸਟੱਡੀ ਕਰਨ ਦਾ ਕੋਈ ਉਹ ਨਹੀਂ ਹੈ, ਮਤਲਬ ਸਟੱਡੀ ਕਰਕੇ ਤੁਸੀਂ ਅਰਨ ਕਰਨ ਦੀ ਸੋਚਦੇ ਆ ਜਾਂ ਫਿਰ ਜੱਜ ਵਕੀਲ ਬਣਨ ਦੀ, ਬਟ ਜੇ ਤੁਸੀਂ ਫਾਈਟ ਕਰਨਾ ਫਿਰ ਸਟੱਡੀ ਨਾ ਕਰੋ, ਮਤਲਬ ਇੱਦਾਂ ਕਿ ਥੋੜ੍ਹੀ ਜਿਹੀ ਫ੍ਰੀ ਹੋ ਜਾਓ ਕਿ ਤੁਸੀਂ ਫਾਈਟ ਕਰਨੀ ਹੈ, ਤੁਸੀਂ ਕਿਤੇ ਮਤਲਬ ਇਕੱਠੇ ਹੋ ਕੇ ਆਪਣੀ ਆਵਾਜ਼ ਉਠਾਉਣੀ ਹੈ ਜਿਹੜੀ ਸੁਣਾਈ ਦੇਵੇ ਸਾਰਿਆਂ ਨੂੰ, ਸਿਸਟਮ ਨੂੰ,
मतलब अपनी पॉलिटिशियन ਨੂੰ ਸਾਰਿਆਂ ਨੂੰ ਬਸ ਇਹ ਚੀਜ਼ ਕਰਨੀ ਹੈ ਸਟੱਡੀ ਨਹੀਂ ਹੁਣ ਮੈਂ ਕਰਨੀ ਹੈ ਸਟੱਡੀ ਚ ਕੁਝ ਨਹੀਂ ਹੈਗਾ ਸਰ ਮੈਂ ਹੁਣ ਤੁਸੀਂ ਪ੍ਰੈਕਟੀਕਲੀ ਕੀ ਕੰਮ ਕਰਨਾ ਚਾਹੁੰਦੇ ਹਾਂ ਹਾਂ ਪ੍ਰੈਕਟੀਕਲੀ ਠੀਕ ਹੈ ਕਿਉਂਕਿ ਸਟੱਡੀ ਤੋਂ ਮੇਰੇ ਅੱਗੇ ਵੀ ਸਾਰਿਆਂ ਨੇ ਕੀਤੀ ਹੈ ਵਕੀਲਾਂ ਨੇ ਕੀਤੀ ਹੈ ਜਿਹੜੇ ਵਕੀਲ ਬਣੇ ਆ ਜੱਜ ਨੇ ਕੀਤੀ ਜਿਹੜੇ ਜੱਜ ਬਣੇ ਉਹਨਾਂ ਨੇ ਤਾਂ ਨਹੀਂ ਕੀਤਾ ਨਾ ਇਹ ਕੰਮ ਜਿਹੜਾ ਕਹਿੰਦਾ ਹੈ ਨਾ ਇਸ ਲਈ ਸਟੱਡੀ ਨਹੀਂ ਕਰਨੀ ਹੁਣ ਫਾਈਟ ਕਰਨੀ ਹੈ ਠੀਕ ਹੈ ਸਿਸਟਮ ਦੇ ਅਗੇਂਸਟ ਫਾਈਟ ਕਰਨੀ ਹੈ ਚੰਗੀ ਗੱਲ ਹੈ ਤੇ ਬੇਟੀ ਦੇ ਕੀ ਸੁਪਨੇ ਨੇ ਜਾਂ ਤੁਸੀਂ ਕੀ ਸੁਪਨੇ ਵੇਖਦੇ ਹੋ ਆਪਣੀ ਬੇਟੀ ਨੂੰ ਲੈ ਕੇ ਬੇਟੀ ਨੂੰ ਲੈ ਕੇ ਬਸ ਇਹੀ ਹੈ ਕਿ ਆਪਣੀ ਸੁਸਾਇਟੀ ਥੋੜੀ ਜੀ ਸਮਝ ਨਹੀਂ ਆਉਂਦੀ ਜਿੱਦਾਂ ਲੋਕੀ ਪਰੇਸ਼ਾਨ ਕਰਦੇ ਆ ਇਹੀ ਹੈ ਕਿ ਚਲੋ ਉਹ ਜਿਹੜਾ ਉਹਨੇ ਸੋਚਿਆ ਹੈ ਉਹ ਕਰਦੀ ਪਈ ਹੈ ਹਾਰਡ ਵਰਕ ਚਲੋ ਮੈਂ ਵੀ ਕਰ ਰਹੀ ਹਾਂ ਉਹ ਵੀ ਕਰ ਰਹੀ ਹੈ ਕਿ ਵਧੀਆ ਵਧੀਆ ਹੋ ਜਾਵੇ ਆਪਣੇ ਦੇਸ਼ ਦੇ ਲਈ ਖੇਡੇ ਹੈ ਨਾ ਆਪਣੇ ਇਹੀ ਸੋਚਿਆ ਹੈ ਕਿ ਆਪਣੇ ਦੇਸ਼ ਦੇ ਲਈ ਖੇਡੂਗੀ ਥੋੜ੍ਹਾ ਜਿਹਾ ਵਧੀਆ ਰਹੂਗਾ ਨਾਮ ਕਰੂਗੀ ਆਪਣੇ ਦੇਸ਼ ਦਾ ਸਪੋਰਟਸ ਵਾਲਾ ਜਿਹੜਾ ਉਹ ਕਰਦੇ ਨੇ ਉਹ ਫਿਰ ਇੱਥੇ ਗਵਰਨਮੈਂਟ ਕਾਲਜ ਉੱਥੇ ਜਾਂਦੇ ਨੇ ਸਪੋਰਟਸ ਕਾਲਜ ਠੀਕ ਹੈ ਤੇ ਵਧੀਆ ਫਿਰ ਉਧਰੋਂ ਸਹੀ ਤਰ੍ਹਾਂ ਟ੍ਰੀਟ ਹੋ ਰਿਹਾ ਪੂਰਾ ਹਾਂਜੀ ਹੁਣ ਤਾਂ ਚਲੋ ਬੰਦ ਹੋਇਆ ਲੋਕਡਾਊਨ ਕਰਕੇ ਬਟ ਪਹਿਲਾਂ ਠੀਕ ਸੀਗਾ ਸੰਗਰੂਰ ਖੇਡਣ ਗਈ ਸੀ ਉਹ ਅੱਛਾ ਸੰਗਰੂਰ ਖੇਡ ਲਿਆ ਓਕੇ ਮਤਲਬ ਉਹ ਸਪੋਰਟਸ ਦੇ ਵਿੱਚ ਹੀ ਜਾਏਗੀ ਨਾ ਬੇਟੀ ਤੁਹਾਡੀ ਹਾਂਜੀ ਹਾਂਜੀ ਠੀਕ ਆ ਕੋਈ ਵੇਲਾ ਸੀਗਾ ਨਾ ਜਦੋਂ ਤੁਸੀਂ ਟੈਲੀਕਾਮ ਕੰਪਨੀ ਦੇ ਨਾਲ ਵੀ ਕੰਮ ਕਰਦੇ ਸੀਗੇ ਜੀ ਉਹ ਵੈਸੇ ਨੌਕਰੀ ਕਿਵੇਂ ਚੱਲੇਗੀ ਤੁਹਾਡੇ ਕੋਲੋਂ ਕਰੋਨਾ ਕਾਲ 'ਚ ਗਈ ਆ ਕਿ ਪਹਿਲਾਂ ਚੱਲੇਗੀ ਹਾਂਜੀ ਉਹ ਪਹਿਲਾਂ ਕਰੋਨਾ ਤੋਂ ਪਹਿਲਾਂ ਜਾਂ ਜਦੋਂ ਤੋਂ ਮੈਂ ਸ਼ੁਰੂ ਕੀਤਾ ਟੈਲੀਕਾਮ ਲਾਈਨ ਤੋਂ ਹੀ ਸ਼ੁਰੂ ਕੀਤਾ ਹੈ ਹਾਂ ਪੇਮੈਂਟ ਵੀ ਵਧੀਆ ਸੀਗੀ ਚਲੋ ਚੱਲ ਜਾਂਦਾ ਸੀ ਘਰ ਦਾ ਗੁਜ਼ਾਰਾ ਉਸ ਟਾਈਮ ਗੁੜੀਆ ਛੋਟੀ ਹੁੰਦੀ ਸੀ ਸਕੂਲ ਦਾ ਹੀ ਹੁੰਦਾ ਸੀ ਹੁਣ ਤਾਂ ਚਲੋ ਸਕੂਲ ਦਾ ਵੀ ਹੈ ਉਹਦੀ ਡਾਇਟ ਦਾ ਵੀ ਹੈ ਘਰ ਵੀ ਇੱਥੇ ਜਲੰਧਰ ਵੀ ਨਵੇਂ ਨਵੇਂ ਆਏ ਹੈ ਇੱਧਰ ਜ਼ਿਆਦਾ ਪਤਾ ਨਹੀਂ ਹੈ ਜਲੰਧਰ ਦਾ ਤਾਂ ਕਰਕੇ ਪਰੇਸ਼ਾਨ ਵੀ ਹੋਏ ਹੈ ਤੇ ਨਾਲ ਮੈਂ ਆਪਣੀ ਸਟੱਡੀ ਸ਼ੁਰੂ ਕਰ ਲਈ ਤੇ ਹੋਰ ਜ਼ਿਆਦਾ ਪਰੇਸ਼ਾਨ ਹੋਏ ਕਿਉਂਕਿ ਮੈਨੂੰ ਫਿਰ ਪਾਰਟ ਟਾਈਮ ਜੋਬ ਵੀ ਨਹੀਂ ਮਿਲੀ ਪਾਰਟ ਟਾਈਮ ਨਾਲ ਨਾ ਮੇਰੀ ਸਟੱਡੀ ਚੱਲਣੀ ਸੀ ਨਾ ਗੁੜੀਆ ਦੀ ਨਾ ਮਤਲਬ ਉਹਦਾ ਸਪੋਰਟਸ ਦਾ ਚੱਲਣਾ ਸੀ ਘਰ ਦੇ ਵੀ ਖਰਚੇ ਤਾਂ ਕਰਕੇ ਫਿਰ ਮੈਨੂੰ ਇਹ ਲਾਉਣਾ ਪਿਆ ਔਖਾ ਲੱਗਿਆ ਸ਼ੁਰੂ ਚ ਲੱਗਿਆ ਹੁਣ ਔਖਾ ਕਾਫੀ ਨਹੀਂ ਔਖਾ ਨਹੀਂ ਸੀਗਾ ਬਸ ਥੋੜੀ ਜਿਹੀ ਹੈਜੀਟੇਸ਼ਨ ਸੀਗੀ ਕਿਉਂਕਿ ਕਦੋਂ ਕਦੇ ਇਦਾਂ ਦਾ ਕੰਮ ਕੀਤਾ ਨਹੀਂ ਸੀ ਇੱਕਦਮ ਫਾਈਨਲੀ ਫਰੰਟ ਤੇ ਰੋਡ ਤੇ ਆ ਗਏ ਤੇ ਉਹ ਫਿਰ ਥੋੜਾ ਜਿਹਾ ਮੁਸ਼ਕਿਲ ਜਿਹਾ ਹੋਇਆ ਬਟ ਹੁਣ ਠੀਕ ਹੈ ਬਸ ਰਿਕੁਐਸਟ ਹੈ ਕਿ ਇਦਾਂ ਲੋਕੀ ਜਿਹੜੇ ਪਰੇਸ਼ਾਨ ਡੀਮੋਟੀਵੇਟ ਕਰਦੇ ਇਹ ਨਾ ਕਰਨ ਬਾਕੀ ਮੈਂ ਤਾਂ ਕਿਸੇ ਕੋਲੋਂ ਕੁਝ ਮੰਗਿਆ ਨਹੀਂ ਆਪਣੀ ਹਿੰਮਤ ਹੀ ਲੈ ਕੇ ਮੈਂ ਖੜੀ ਹਾਂ ਤੇ ਪਰੇਸ਼ਾਨ ਨਾ ਕਰੇ ਕੋਈ ਵੀ ਜਿਹੜਾ ਮੈਂ ਕਰਦੀ ਪਈ ਹਾਂ ਕਰਨ ਦਿਓ ਨਹੀਂ ਨਹੀਂ ਠੀਕ ਹੈ ਬਿਲਕੁਲ ਕਿਉਂਕਿ ਹੈਲਪ ਕਰਨ ਵਾਲੇ ਫੋਨ ਘੱਟ ਆਉਂਦੇ ਹੋਣੇ ਆ ਐਵੇਂ ਤੰਗ ਕਰਨ ਵਾਲੇ ਜ਼ਿਆਦਾ ਆਉਂਦੇ ਨੇ ਨਾ ਹਾਂਜੀ ਬਸ ਇਦਾਂ ਹੀ ਇਹੀ ਕਹਿ ਲਓ ਬਸ ਹੈਲਪ ਕਰਨ ਵਾਲੇ ਤਾਂ ਮਤਲਬ ਹੈ ਹੀ ਨਹੀਂ ਇਦਾਂ ਕਹਿ ਲਓ ਹੈ ਹੀ ਨਹੀਂ ਜੀ ਪਰੇਸ਼ਾਨ ਕਰਨ ਵਾਲੇ ਬਹੁਤ ਸਾਰੇ ਜਣੇ ਆ ਬਹੁਤ ਪਰੇਸ਼ਾਨ ਕਰਦੇ ਮਤਲਬ ਵੈਸੇ ਕਦੀ ਮਨ 'ਚ ਆਉਂਦਾ ਵੀ ਜੇ ਮੇਰਾ ਹਸਬੈਂਡ ਮੇਰੇ ਨਾਲ ਹੁੰਦਾ ਤਾਂ ਅੱਜ ਆਹ ਦਿਨ ਸ਼ਾਇਦ ਨਾ ਹੁੰਦਾ ਕਿਉਂਕਿ ਮਰਦ ਜ਼ਿੰਮੇਵਾਰੀ ਹੋਰ ਤਰ੍ਹਾਂ ਲੈਂਦੇ ਨੇ ਪਰਿਵਾਰ ਦੀ ਹੁਣ ਤੁਹਾਨੂੰ ਚੱਕਣੀ ਪਈ ਹੈ ਇਦਾਂ ਨਹੀਂ ਇਹ ਚੀਜ਼ ਨਹੀਂ ਮੈਂ ਮੰਨਦੀ ਕਿਉਂਕਿ ਦੇਖੋ ਆਪਣੀ ਸੋਸਾਇਟੀ 'ਚ ਲੇਡੀਜ਼ ਨੂੰ ਤੁਸੀਂ ਬੱਚਿਆਂ ਨੂੰ ਔਰਤਾਂ ਨੂੰ ਇਹਦੇ ਲੁਕੋਗੇ ਤਾਂ ਨਹੀਂ ਰੱਖ ਸਕਦੇ ਨਾ ਆਪਣੇ ਘਰ 'ਚ ਹੈ ਨਾ ਉਹਨਾਂ ਦੇ ਸੁਪਨੇ ਪੂਰੇ ਕਰਨ ਲਈ ਉਹ ਬਾਹਰ ਆ ਜਾਂਦੇ ਹੈ ਇਹ ਸਟੱਡੀ ਕਰਨ ਲਈ ਵੀ ਉਹਨਾਂ ਨੇ ਬਾਹਰ ਆਉਣਾ ਹੈ ਪਰਚੇਸਿੰਗ ਸ਼ੋਪਿੰਗ ਕਰਨ ਲਈ ਵੀ ਉਹਨਾਂ ਨੇ ਬਾਹਰ ਆਉਣਾ ਹੈ ਇਹਦਾ ਮਤਲਬ ਇਹ ਨਹੀਂ ਹੈ ਆਪਣੀ ਸੁਸਾਇਟੀ ਨੂੰ ਮੈਂਟੈਲਿਟੀ ਠੀਕ ਕਰਨ ਦੀ ਨੀਡ ਹੈ ਜ਼ਰੂਰੀ ਨਹੀਂ ਕਿ ਹੁਣ ਮੈਂ ਕੰਮ ਕਰਨ ਆਈ ਹਾਂ ਤੇ ਇਹ ਕੰਮ ਕੋਈ ਛੋਟਾ ਵੱਡਾ ਜਾਂ ਮਾੜਾ ਥੋੜ੍ਹੀ ਹੈ ਹਾਰਡ ਵਰਕ ਹੀ ਹੈ ਪਰੇਸ਼ਾਨ ਨਾ ਕਰੋ ਨਾ ਹੈ ਨਾ ਕਿਸੇ ਨੂੰ ਵੀ ਨਾ ਕਰੋ ਕੋਈ ਕਿਸੇ ਤਰੀਕੇ ਨਾਲ ਬਾਹਰ ਨਿਕਲਿਆ ਕੋਈ ਕਿਸੇ ਤਰੀਕੇ ਨਾਲ ਬਾਹਰ ਨਿਕਲਿਆ ਤੇ ਉਹਨੂੰ ਕਰਨ ਦਿਓ ਆਪਣਾ ਕੰਮ ਪਰ ਇੱਕ ਲਾਈਫ ਪਾਰਟਨਰ ਦਾ ਸਾਥ ਹੁੰਦਾ ਨਾਲ ਹੌਸਲਾ ਹੁੰਦਾ ਨਹੀਂ ਸਰ ਇਹ ਨਹੀਂ ਮੈਂ ਮੰਨਦੀ ਲਾਈਫ ਪਾਰਟਨਰ ਚਲੋ ਹੁੰਦੇ ਆ ਠੀਕ ਹੈ ਕਈ ਇਦਾਂ ਵੀ ਹੁੰਦੇ ਕੋਈ ਸ਼ਰਾਬ ਪੀਣ ਲੱਗ ਜਾਂਦੇ ਤੇ ਔਰਤਾਂ ਨੂੰ ਬਾਹਰ ਜਾਣਾ ਪੈਂਦਾ ਹੈ ਨਾ ਕਈ ਇਦਾਂ ਚਲੋ ਹੈਂਡੀਕੈਪਟ ਹੁੰਦੇ ਆ ਤਾਂ ਕਰਕੇ ਔਰਤਾਂ ਨੂੰ ਬਾਹਰ ਜਾਣਾ ਪੈਂਦਾ ਇਹ ਕੋਈ ਮਤਲਬ ਇਹ ਕੋਈ ਮੈਟਰ ਨਹੀਂ ਹੈ ਇੰਨਾ ਭਾਜੀ ਆ ਤੁਹਾਡੀ ਚਾਹ ਰੱਖੀ ਇਹ ਕੋਈ ਮੈਟਰ ਨਹੀਂ ਹੈ ਕਿ ਮਤਲਬ ਤੁਸੀਂ ਬਾਹਰ ਨਿਕਲੇ ਹੋ ਤਾਂ ਅਸੀਂ ਪਰੇਸ਼ਾਨ ਕਰਾਂਗੇ ਨਹੀਂ ਬਾਹਰ ਕੋਈ ਵੀ ਸਾਰਿਆਂ ਦਾ ਹੱਕ ਹੈ ਬਾਹਰ ਆਉਣ ਦਾ ਜੀ ਇੱਦਾਂ ਪਰੇਸ਼ਾਨ ਨਾ ਕਰੋ ਨਾ ਕਿਸੇ ਨੂੰ ਵੀ ਜਿਹੜਾ ਕਰਨਾ ਹਾਂਜੀ ਹਾਂਜੀ ਜਿਹੜਾ ਜੋ ਕੋਈ ਕੰਮ ਕਰਨਾ ਚਾਹੁੰਦਾ ਉਹਨੂੰ ਫ੍ਰੀ ਹੋ ਕੇ ਕਰਨ ਦਿਓ ਆ ਭਾਜੀ ਹੁਣਾਂ ਤੋਂ ਵੀ ਪੈਸੇ ਲੈ ਲਓ ਇਧਰੋਂ 10 ਪਰੌਂਠਾ ਬੜਾ ਵੱਡਾ ਲਾਉਨੇ ਹੋ ਤੁਸੀਂ ਹਾਂਜੀ ਇਹ ਮੇਰਾ ਮਤਲਬ ₹60 ਦੇ ਚਾਹੀਦੇ ਦੇਖ ਲਓ ਤੁਸੀਂ ਲੈ ਲਓ ਲੈ ਖੁੱਲੇ ਲੈ ਲਓ ਅੰਕਲ ਕੋਲੋਂ ਖੁੱਲੇ ਲੈ ਲਓ
ਫਿਰ ਹੁਣ ਗਾਂ ਕੀ ਕਰੋਗੇ, ਇਸੇ ਕੰਮ ਨੂੰ ਵਧਾਓਗੇ ਅੱਗੇ ਜਾ ਕੇ? ਕਿਉਂਕਿ ਪਹਿਲਾਂ ਤੁਸੀਂ ਟੇਬਲ ਤੇ ਹੁੰਦੇ ਸੀ, ਫਿਰ ਹੌਲੀ ਹੌਲੀ ਰੇਹੜੀ ਆ ਗਈ, ਹੁਣ ਇਹਨੂੰ ਵਧਾਉਣਾ ਹੈ, ਕੁਛ ਹੋਰ ਫੂਡ ਚੇਨ ਵੱਡੀ ਕਰਨ ਦਾ ਜਾਂ ਕੋਈ ਹੋਰ ਕੰਮ? ਥੋੜਾ ਜਿਹਾ ਮੈਨੂੰ ਮਤਲਬ ਹੋ ਜਾਵੇ ਸਹਾਰਾ ਜਾ, ਫਿਰ ਮੈਂ ਉਹੀ ਕਰਨਾ ਹੈ। ਮੈਂ ਫਾਈਟ ਕਰਕੇ ਦੇਖਣੀ ਹੈ ਕਿ ਮੈਂ ਕਿੱਥੇ ਕਿੰਨੇ ਅੱਗੇ ਤੱਕ ਫਾਈਟ ਕਰ ਸਕਦੀ ਹਾਂ ਜੀ, ਕਿ ਇਸ ਆ ਜਿਹੜੀ ਬੱਚਿਆਂ ਨਾਲ ਰੇਪ ਹੁੰਦਾ ਹੈ ਉਹਦੇ ਲਈ ਮੈਂ ਕਿੰਨਾ ਕੁ ਕਰ ਸਕਦੀ ਹਾਂ, ਚਾਹੇ ਮੇਰੀ ਭਾਵੇਂ ਲਾਈਫ ਵੀ ਮੁੱਕ ਜਾਵੇ ਖਤਮ ਹੋ ਜਾਵੇ ਕੋਈ ਗੱਲ ਨਹੀਂ, ਬਟ ਮੈਂ ਕਰਨਾ ਇਹੀ ਹੈ ਕਿ ਬੱਚਿਆਂ ਨਾਲ ਇੱਦਾਂ ਨਾ ਹੋਵੇ, ਸਿਸਟਮ ਨਾਲ ਮਤਲਬ ਲੜਾਈ ਕਰਨੀ ਹੈ ਮੈਂ। ਵੈਸੇ ਇਹ ਆਈਡੀਆ ਕਿੱਥੋਂ ਆਇਆ ਸੀ ਕਿ ਆਹ ਵਾਲੀ ਫਾਈਟ ਕਰਨੀ ਹੈ? ਸਰ ਆਈਡੀਆ ਨਹੀਂ ਹੈ, ਜਦੋਂ ਮੈਂ ਮਤਲਬ ਪੜ੍ਹਦੀ ਹੁੰਦੀ ਸੀ। ਹੈਲਮੇਟ ਮੇਰੇ ਕੋਲ ਤਾਂ ਨਹੀਂ ਹੈ, ਕੀ ਕਰਨਾ ਜਿੱਦਾਂ ਕੁੜੀਆਂ ਨਾਲ ਇਹ ਹੁੰਦਾ ਆ ਤੇ ਮੈਂ ਮਤਲਬ ਮੈਂ ਹਾਰਟ ਹੁੰਦੀ ਸੀ ਸ਼ੁਰੂ ਤੋਂ ਹੀ, ਮੈਂ ਦੇਖ ਕੇ ਮਤਲਬ ਮੈਂ ਮੈਨੂੰ ਹੁਣ ਵੀ LLB ਹੀ ਤਾਂ ਚੁਣਿਆ ਹੋਣਾ ਤੁਸੀਂ ਹੁਣ, ਹਾਂਜੀ ਹਾਂਜੀ ਹਾਂਜੀ, ਮੈਂ ਸ਼ੁਰੂ ਤੋਂ ਵੀ ਅਤੇ ਹੁਣ ਵੀ ਮੈਂ ਹਾਰਟ ਹੁੰਦੀ ਹਾਂ, ਬਟ ਕੀ ਮੈਂ ਕੁਛ ਕਰ ਨਹੀਂ ਸਕਦੀ ਕਿਉਂਕਿ ਆਪਣੇ ਘਰ ਦਾ ਹੀ ਹੋ ਜਾਵੇ, ਇਹੀ ਮਤਲਬ ਥੋੜ੍ਹਾ ਜਿਹਾ ਇਹ ਲੱਗਣ ਲੱਗਾ ਕਿ ਛੇਤੀ ਛੇਤੀ ਸਾਰਾ ਕੁਛ ਵਧੀਆ ਹੋ ਜਾਵੇ, ਫਿਰ ਆਪਾਂ ਹੋਰ ਕਿਸੇ ਦੇ ਲਈ ਲੜ ਸਕਦੇ ਹਾਂ ਨਾ। ਅਤੇ ਪਹਿਲਾਂ ਮੈਂ ਫਾਈਲ ਵੀ ਮੈਂ ਬੜੀ ਸਾਰੀ ਤਿਆਰ ਕਰ ਲੈਣੀ ਕਿ ਇਹਦੇ ਲਈ ਲੜਨਾ ਇਹਦੇ ਲਈ ਲੜਨਾ, ਬਹੁਤ ਸਾਰੇ ਕੇਸਿਸ ਇਕੱਠੇ ਕਰ ਲਏ ਹੋਏ ਹੈ ਕਿ ਇਹਨਾਂ ਲਈ ਇਹਨਾਂ ਲਈ ਆਪਾਂ ਲੜਾਂਗੇ, ਬਟ ਦੇਖੋ ਜਦੋਂ ਆਪਾਂ ਥੋੜ੍ਹੇ ਜਿਹੇ ਪਿੱਛੇ ਸਟਰੋਂਗ ਹੋਵਾਂਗੇ ਨਾ, ਕਿਉਂਕਿ ਮੇਰੀ ਵੀ ਗੁੜੀਆ ਹੈ, ਹੁਣ ਉਹਨੂੰ ਮੈਂ ਇਕੱਲਾ ਛੱਡ ਕੇ ਕਿਤੇ ਜਾ ਨਹੀਂ ਸਕਦੀ, ਚਲੋ ਹੁਣ ਜਾ ਵੀ ਸਕਦੀ ਹਾਂ ਅਤੇ ਉਹਦੀ ਰੋਟੀ ਪਾਣੀ ਦਾ ਇੰਤਜ਼ਾਮ ਤਾਂ ਹੋਵੇ ਨਾ ਪਿੱਛੇ ਕਿ ਮੈਂ ਚੱਲ ਗਈ ਹਾਂ ਅਤੇ ਉਹ ਖਾ ਸਕਦੀ ਹੈ ਪੀ ਸਕਦੀ ਹੈ, ਅਤੇ ਬਸ ਥੋੜ੍ਹਾ ਜਿਹਾ ਕੰਮ ਸੈੱਟ ਕਰਨਾ ਹੈ, ਕੰਮ ਸੈੱਟ ਕਰਕੇ ਮੈਂ ਉਹੀ ਕਰਨਾ ਜਿਹੜਾ ਮੈਂ ਸੋਚਿਆ, ਚਾਹੇ ਮੇਰੀ ਲਾਈਫ ਲੱਗ ਜਾਏ। ਮੇਰੇ ਕੋਲ ਸਮ ਇੱਦਾਂ ਲੋਕੀ ਇੱਦਾਂ ਪਰੇਸ਼ਾਨ ਵੀ ਕਰਦੇ ਆ ਨਾ, ਮੱਖਣ ਲੈ ਲਓ ਚਮਚ ਲੈ ਲਓ ਤਾਂ ਲੋਕੀ ਪਰੇਸ਼ਾਨ ਕਰਦੇ ਆ, ਇਹ ਵੀ ਇੱਕ ਤਰੀਕੇ ਸੇ ਹਰਟ ਕਰਨ ਵਾਲੀ ਗੱਲ ਹੈ। ਇੱਥੋਂ ਵੀ ਲੋਕਾਂ ਨੇ ਕੀ ਕੱਢਿਆ ਦੇਖੋ, ਕੀ ਮਤਲਬ ਕੱਢਿਆ ਕਿ ਇੱਦਾਂ ਇਹਨਾਂ ਇਹਨਾਂ ਕੋਲੋਂ ਪੈਸੇ ਪੂਹੇ ਲੈ ਲਓ, ਹੈ ਨਾ, ਇਸ ਚੀਜ਼ ਤੋਂ ਲੋਕਾਂ ਨੇ ਇਹ ਚੀਜ਼ ਕੱਢੀ ਹੈ, ਇਹ ਗਲਤ ਹੈ ਨਾ, ਇੱਦਾਂ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਵੀ। ਆਪਣੀ ਸੋਸਾਇਟੀ 'ਚ ਨਾ ਮੈਂਟੈਲਿਟੀ ਚੇਂਜ ਕਰਨ ਦੀ ਬਹੁਤ ਜ਼ਰੂਰਤ ਹੈ, ਔਰ ਇੱਕ ਨਾਲ ਜਾਂ ਮੇਰੇ ਕਰਨ ਨਾਲ ਜਾਂ ਤੁਹਾਡੇ ਕਰਨ ਨਾਲ ਨਹੀਂ ਹੋਣਾ, ਇਹ ਬਹੁਤ ਵੱਡੀ ਚੇਨ ਬਣਾਉਣੀ ਪੈਣੀ ਹੈ, ਔਰ ਮਤਲਬ ਇੱਦਾਂ ਦਾ ਇੱਕ ਸਖਤ ਬੜਾ ਮਤਲਬ ਬਹੁਤ ਵਧੀਆ ਜਿਹਾ ਇੱਕ ਬਹੁਤ ਲੋ ਲੈ ਕੇ ਆਉਣਾ ਪੈਣਾ ਹੈ ਕਿ ਇਸ ਚੀਜ਼ ਨਾਲ ਇਹ ਸਿਸਟਮ ਹੈ ਆਪਣੀ ਸੋਸਾਇਟੀ ਦਾ, ਹੁਣ ਇਹਦੇ ਅਗੇਂਸਟ ਇਹ ਤੁਹਾਨੂੰ ਪਨਿਸ਼ਮੈਂਟ ਮਿਲਣੀ ਹੈ, ਇਹ ਪਲੀਜ਼ ਕੁੜੀਆਂ ਨਾ ਇੱਦਾਂ ਨਾ ਕਰੋ, ਲੇਡੀਜ਼ਾਂ ਨਾ ਇੱਦਾਂ ਨਾ। ਮਨੀਸ਼ਾ ਗੁਲਾਟੀ ਤੁਹਾਡੇ ਕੋਲ ਆਏ ਸੀਗੇ, ਫਿਰ ਕੀ ਕਹਿ ਕੇ ਗਏ ਹੋ ਤੁਹਾਨੂੰ? ਮੈਡਮ ਚਲੋ ਵਧੀਆ ਹੈ, ਉਹਨਾਂ ਨੇ ਹੌਸਲਾ ਦਿੱਤਾ ਹੈ ਕਿ ਅਸੀਂ ਤੁਹਾਡੇ ਨਾਲ, ਜਿੱਦਾਂ ਬੂਥ ਹੁੰਦੇ ਹੈ ਫੂਡ ਬੂਥ ਹੁੰਦੇ ਹੈ, ਕੋਈ ਮਦਦ ਕੀਤੀ ਵੈਸੇ ਉਹਨਾਂ ਨੇ ਕਿ ਨਹੀਂ? ਫੂਡ ਸਟਾਲ ਵਗੈਰਾ ਹੁੰਦੇ ਆ ਉਹ ਇਹਨਾਂ ਨੂੰ ਪ੍ਰੋਵਾਈਡ ਕਰਾਵਾਂਗੇ ਅਸੀਂ, ਜਾਂ ਫਿਰ ਇਹਨਾਂ ਦੀ ਬੱਚੇ ਵਾਸਤੇ ਜੋ ਵੀ ਇਹਨਾਂ ਦੀ ਗੁੜੀਆ ਕਰਨਾ ਚਾਹੁੰਦੀ ਹੈ ਉਹਦੇ ਲਈ ਹੈਲਪ ਕਰਾਂਗੇ। ਉਹਨਾਂ ਨੇ ਬਸ ਇਹੀ ਗੱਲ ਕਹੀ, ਹੋਰ ਜ਼ਿਆਦਾ ਮੇਰੀ ਕੋਈ ਗੱਲ ਨਹੀਂ ਹੋਈ। ਕਦੇ ਤੁਹਾਡੇ ਹਸਬੈਂਡ ਨੇ ਤੁਹਾਡੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਆ ਜਾਓ ਨੇਹਾ ਵਾਪਸ ਆ ਜਾਓ? ਕਦੀ ਨਹੀਂ ਹੋਇਆ? ਨਹੀਂ, ਇਦਾਂ ਦਾ ਤਾਂ ਮੈਨੂੰ ਕਦੇ ਨਹੀਂ ਲੱਗਾ ਕਿ ਮਤਲਬ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ, ਬਟ ਜਦੋਂ ਮੇਰੇ ਰਿਲੇਟਿਵਸ ਸੀ ਮੈਨੂੰ ਇਹ ਪਤਾ ਲੱਗਿਆ ਸੀਗਾ ਕਿ ਉਹਨਾਂ ਨੇ ਮੈਰਿਜ ਕਰਾ ਲਈ ਹੋਈ ਆ। ਅੱਛਾ, ਵਿਆਹ ਕਰਾ ਲਿਆ ਉਹਨਾਂ ਨੇ? ਹਾਂਜੀ, ਕੋਈ ਦਿੱਕਤ ਨਹੀਂ, ਮੈਨੂੰ ਕੋਈ ਟੈਨਸ਼ਨ ਨਹੀਂ। ਤੁਹਾਡਾ ਡਿਵੋਰਸ ਨਹੀਂ ਹੋਇਆ ਉਹਨਾਂ ਨਾਲ? ਨਹੀਂ। ਅੱਛਾ, ਪਰ ਇਹ ਕਿਵੇਂ ਹੋ ਸਕਦਾ ਕਿ ਲੀਗਲੀ ਡਿਵੋਰਸ ਨਹੀਂ ਹੋਇਆ ਤੇ ਹੋਰ ਵਿਆਹ ਕਿਵੇਂ ਹੋ ਸਕਦਾ ਫਿਰ? ਪਤਾ ਨਹੀਂ ਸਰ, ਇਹ ਮੈਂ ਨਾ ਮੈਨੂੰ ਪਤਾ ਹੈ ਨਾ ਮੈਂ ਪਤਾ ਕਰਨ ਦੀ ਕੋਸ਼ਿਸ਼ ਕਰਦੀ ਹਾਂ, ਨਾ ਮੈਨੂੰ ਨੀਡ ਹੈ। ਤੁਸੀਂ ਮਤਲਬ ਆਪਣੀ ਜ਼ਿੰਦਗੀ 'ਚ ਸੈਟੀਸਫਾਈ ਹੋ? ਹਾਂ, ਬਹੁਤ ਵਧੀਆ ਮੇਰਾ, ਕਿਉਂਕਿ ਗੁੜੀਆ ਹੈ ਹੁਣ ਮੈਂ ਉਹਦੇ ਲਈ ਕਰਨਾ ਹੈ, ਉਹਨੇ ਵੀ ਸੁਪਨਾ ਦੇਖਿਆ ਮੈਂ ਵੀ ਸੁਪਨਾ ਦੇਖਿਆ, ਕਰਾਂਗੇ ਆਪਾਂ ਉਹ ਕਰ ਉਹ ਆਪਣੇ ਲਈ ਕਰਾਂਗੇ, ਮੈਂ ਉਹਦੇ ਲਈ ਕਰ ਲੂੰਗੀ, ਬਸ ਠੀਕ ਹੈ। ਕੀ ਖਾਓਗੇ? ਨਹੀਂ, ਠੀਕ ਹੈ, ਵਧੀਆ। ਤੋ ਚਲੋ ਠੀਕ ਆ ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਅਤੇ ਤੁਹਾਡਾ ਹੌਸਲਾ ਬਹੁਤ ਵਧੀਆ, ਹੌਸਲਾ ਇੱਦਾਂ ਹੀ ਬੁਲੰਦ ਰੱਖੋ, ਬੁਲੰਦ ਰੱਖੋਗੇ ਅਤੇ ਜ਼ਰੂਰ ਕਾਮਯਾਬ ਹੋਵੋਗੇ, ਹੈ ਨਾ।
थैंक यू जी, थैंक यू। बाकी जेडे फोन करदे उहनां नूं की कहना चाहुंदे हो? कैमरा साडा ऑन है हल्ले भी। जेडे फोन करदे मैं उहनां नूं यही कहांगे कि देखो अपने सोसाइटी च बहुत जने, बहुत लेडीज परेशान भी हैं, जेडे परेशान होके बाहर आए हैं है ना, और कोरोना तो सारियां नूं इदां दी दिन दिखा के गया है, इदां दा टाइम दिखा के गया है। बिल्कुल, कि लेडीज जेंट्स हस्बैंड वाइफ सब मिलके काम करनगे, करना पैना है जी, कि स्लंप इतना हो चुका है, तो प्लीज़ इतना परेशान ना करो, सारियां दे लई हार्डवर्क वैल्यूएबल है, सारियां दी मनी वैल्यूएबल है ना, इदां तुसी फ्रॉड करके जा किसी नूं परेशान करके ना करो, क्योंकि बाद चो फिर ना इदां करदे करदे ना अपनिया तो भी भरोसा उठ जांदा है ना, कि पता नहीं इन्हें की करना, तो प्लीज़ इदां ना करो, परेशान ना करो, जिहड़ा हैल्प कर सकते हो करो, नहीं कर सकते हो तो तंग परेशान ना करो, बस यही कहना मैं। ठीक है, धन्यवाद जी, चाह रखो, आप बाकी चाह पीने हैं। बड़ी वैसे शर्म वाली गल आ साडे समाज लई भी, जिहड़े फ्रॉड कर रहे ने फोन इन्हां नूं करके, पैसे दी अग्गों रिक्वेस्ट भेज रहे हैं कि पैसे भेज दो, भी इन्हां नूं पागल बना के असीं पैसे लै लांगे। तो दूसरी गल, जिहड़े बंदे गलत सोचना वैसे ही फोन कर रहे आ कि जनानी है कल्ली है कोई ना, वक्री होई पई है, फोन कर लैंदे आ, की पता गल बन जाए, शर्म होनी चाहीदी आ तुहानूं।